ਏਟਕ ਨੇ ਟੁੱਡੀ ਕੇ ਵਿਖੇ ਮਨਾਇਆ ਸ਼ਤਾਬਦੀ ਸਮਾਗਮ। ਦੇਸ਼ ਦੀ ਪਹਿਲੀ ਟਰੇਡ ਯੂਨੀਅਨ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਏਟਕ ਦੇ ਸ਼ਾਨਦਾਰ 100 ਸਾਲ ਪੂਰੇ ਹੋਣ ਤੇ ਸ਼ਤਾਬਦੀ ਸਮਾਗਮ ਏਟਕ ਦੇ ਬਾਨੀ ਪ੍ਰਧਾਨ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਪਿੰਡ ਟੁੱਡੀ ਕੇ ਮੋਗਾ ਵਿਖੇ ਸ਼ਾਨ ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਸਮਾਗਮ ਸਥਲ ਤੇ ਮਜ਼ਦੂਰਾਂ ਮੁਲਾਜ਼ਮਾਂ ਦੀ ਕੌਮੀ ਜਥੇਬੰਦੀ ਦਾ ਝੰਡਾ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਦ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਰੀਵਾਲ ਵੱਲੋਂ ਲਹਿਰਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਟਰਾਂਸਪੋਰਟ ਕਾਮੇ, ਬਿਜਲੀ ਕਬੋਰਡ, ਸਿਹਤ ਖੇਤਰ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ, ਅਧਿਆਪਕਾਂ, ਨਰੇਗਾ ਮਜ਼ਦੂਰਾਂ, ਰਿਕਸ਼ਾ ਰੇਹੜੀ ਫੜੀ ਯੂਨੀਅਨ, ਦਰਜਾ 4 ਕਰਮਚਾਰੀਆਂ, ਬੈਂਕ ਮੁਲਾਜ਼ਮਾਂ, ਠੇਕਾ ਅਤੇ ਕੰਟਰੈਕਟ ਕਾਮਿਆਂ ਅਤੇ ਵਿਦਿਆਰਥੀ ਨੌਜਵਾਨਾਂ ਨੇ ਯੂਨੀਅਨਾਂ ਦੇ ਬੈਨਰਾਂ ਨਾਲ ਆਕਾਸ਼ ਗਜਾਊ ਨਾਰਿਆਂ ਸਮੇਤ ਸ਼ਿਰਕਤ ਕੀਤੀ। ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟਰੱਸਟੀ ਅਮਰਜੀਤ ਸਿੰਘ ਢੁੱਡੀਗੇ ਨੇ ਸਭਨਾ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ ਇਸ ਦਿਨ 'ਤੇ ਵਧਾਈ ਪੇਸ਼ ਕੀਤੀ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਏਟਕ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਦ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਦੇ ਸਨਅਤੀ ਪੈਦਾਵਾਰੀ ਅਤੇ ਸੇਵਾਵਾਂ ਦੇ ਖੇਤਰ ਵਿੱਚ ਮਜ਼ਦੂਰ ਜਮਾਤ ਲਈ ਲੜਨ ਵਾਲੀ ਜਥੇਬੰਦੀ ਏਟਕ ਦਾ ਇਤਿਹਾਸ ਸੰਘਰਸ਼ਾਂ ਅਤੇ ਪ੍ਰਾਪਤੀਆਂ ਨਾਲ ਲਬਰੇਸ਼ ਹੈ। ਮੌਜੂਦਾ ਸੂਬਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਮਜ਼ਦੂਰ ਵਰਗ ਉੱਪਰ ਤਿੱਖੇ ਹਮਲੇ ਕਰ ਰਹੀ ਹੈ। ਸਰਕਾਰੀ ਅਦਾਰਿਆਂ ਨੂੰ ਬੰਦ ਅਤੇ ਖਤਮ ਕਰਕੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਲਈ ਲੁੱਟ ਦੇ ਸਾਰੇ ਰਾਹ ਪੱਧਰੇ ਕੀਤੇ ਜਾ ਰਹੇ ਹਨ। ਮਜ਼ਦੂਰਾਂ ਨੇ ਸੰਘਰਸ਼ਾਂ ਨਾਲ ਜਿੱਤੇ ਕਿਰਤ ਕਾਨੂੰਨ ਅਦਾਨੀਆਂ ਅੰਬਾਨੀਆਂ ਦੇ ਹੱਕ ਵਿੱਚ ਬਦਲੇ ਜਾ ਰਹੇ ਹਨ। ਇਸ ਹਮਲੇ ਖਿਲਾਫ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇਸ਼ ਭਰ ਵਿੱਚ ਲਾਮਬੰਦੀ ਕਰ ਰਹੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਨਿਰਮਲ ਸਿੰਘ ਧਾਰੀਵਾਲ ਨੇ ਮਜ਼ਦੂਰ ਜਮਾਤ ਨੂੰ ਇਸ ਸ਼ਾਨਦਾਰ 100 ਸਾਲਾਂ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸਰਕਾਰੀ ਖੇਤਰ ਦੀ ਉਸਾਰੀ ਅਤੇ ਕਿਰਤ ਵਿੱਚ ਮਜ਼ਦੂਰਾਂ ਦਾ ਹਿੱਸਾ ਵਧਾਉਣ ਦਾ ਸੰਘਰਸ਼ ਸਾਡਾ ਪਹਿਲਾ ਕਾਰਜ ਹੈ। ਇਸ ਮੌਕੇ ਇਪਟਾ ਦੀ ਰੰਗ ਮੰਚ ਮੰਡਲੀ ਵੱਲੋਂ ਕੋਰੀਓਗ੍ਰਾਫੀ ਅਤੇ ਡਰਾਮਿਆਂ ਰਾਹੀਂ ਲੋਕਾਂ ਨੂੰ ਲੁਟੇਰਾ ਜਮਾਤ ਖਿਲਾਫ ਜਾਗਰੂਕ ਵੀ ਕੀਤਾ ਗਿਆ। ਪੰਜਾਬ ਗਲੋਬਲ ਲਈ ਟੁੱਡੀ ਕੇ ਤੋਂ ਅਮਰਜੀਤ ਬਬਲੀ ਦੀ ਰਿਪੋਰਟ। ਅਸੀਂ ਤੁਹਾਡੇ ਲਈ ਇੱਕ ਬਾਜ਼ਾਰ, ਇੱਕ ਦੇਸ਼, ਇੱਕ ਮੰਡੀ, ਇੱਕ ਰਾਸ਼ਟਰ, ਸਭ ਕੁਝ ਇੱਕ 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 ਬਣਾਉਣਾ। ਜੇ ਦੋ ਹੋ ਗਿਆ ਫਿਰ ਜੇ ਦੋ ਹੋ ਗਏ ਉਹ ਦੇਸ਼ ਕਿਉਂਦੀ ਅੱਤ ਹੋਦੀ ਅਤੇ ਹੱਥ ਨਾ ਆਪਣੇ ਥੂ ਪੌੜੀ। ਆਹ ਤੁਸੀਂ ਸਾਨੂੰ ਦੇਸ਼ ਧਰੋਹੀ ਦਾ ਕਹੀ ਦੇਣਾ ਹੁੰਦਾ ਨਾ? ਨਹੀਂ ਸਾਚਾ, ਜਦੋਂ ਸਭ ਕੁਝ ਇੱਥੇ ਕੋ ਜਾਵੇਗਾ ਲੱਛਣ ਜੇ ਲੋਕਾਂ ਦੀ ਜਮਾਨ ਦੇ ਵਿੱਚ ਜੇ ਨੈਰੇਟਿਵ ਬਣਦਾ ਜਾ ਰਿਹਾ ਵੀ ਮੋਦੀ ਹਿਟਲਰ ਬਣਦਾ ਜਾ ਰਿਹਾ ਤਾਂ ਜਨਤਾ ਦੀ ਓਪੀਨੀਅਨ ਨੂੰ ਆਪਾਂ ਨਕਾਰ ਨਹੀਂ ਸਕਦੇ ਵੀ ਉਹਨਾਂ ਨਕਸ਼ੇ ਕਦਮਾਂ ਦੇ ਉੱਤੇ ਚੱਲਣ ਦਾ ਮੋਦੀ ਜੀ ਕੋਸ਼ਿਸ਼ ਕਰ ਰਹੇ ਨੇ। ਬੰਦ ਸਿੰਘ ਬਰਾੜ, ਪ੍ਰੈਜ਼ੀਡੈਂਟ ਪੰਜਾਬ KIT। ਪਹਿਲੀ ਗੱਲ ਤਾਂ ਸਾਨੂੰ ਬੜਾ ਮਾਣ ਪ੍ਰਾਪਤ ਹੈ ਵੀ ਜਿਹੜੀ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦਾ ਜਨਮ ਸਥਾਨ ਜਿਹੜਾ ਹੋਇਆ ਉਹ ਬੰਬੇ 'ਚ ਹੋਇਆ, ਪਰ ਉਸ ਦੇ ਪਹਿਲੇ ਪ੍ਰਧਾਨ ਅਤੇ ਪਹਿਲਾ ਝੰਡਾ ਲਹਿਰਾਉਣ ਵਾਲੇ, ਪਹਿਲਾ ਭਾਸ਼ਣ ਕਰਨ ਵਾਲੇ ਉਹ ਲਾਲਾ ਲਾਜਪਤ ਰਾਏ ਜੀ ਸੀ, ਸਾਡੇ ਪੰਜਾਬ ਦੇ ਸੀ। ਔਰ ਹੋਰ ਵੀ ਸਾਨੂੰ ਖੁਸ਼ੀ ਦੀ ਗੱਲ ਹੈ ਕਿ ਡਿੱਗਿਆ ਨਹੀਂ ਸੀਗਾ ਸੱਚ, ਅਸੀਂ ਢੁੱਡੀ ਕੇ ਉਹਨਾਂ ਦੇ ਜਨਮ ਸਥਾਨ 'ਤੇ ਬੈਠੇ ਹਾਂ ਜਿਹੜੇ ਨਾਨਕੇ ਪਿੰਡ ਸੀ ਉਹਨਾਂ ਦੇ, ਅਸੀਂ ਉੱਥੇ ਖੜ੍ਹੇ ਹਾਂ, ਅਸੀਂ ਇੱਧਰ 14 ਵਰ੍ਹੇ ਗਾਣਾ ਬਣਾ ਰਹੇ ਹਾਂ। ਔਰ ਅੱਜ ਦੀਆਂ ਸਿਚੁਏਸ਼ਨ ਦੇ ਵਿੱਚ ਅੱਜ ਤੋਂ 100 ਸਾਲ ਪਹਿਲਾਂ ਜਿਹੜੀ ਹਾਦਸੀ ਅੰਗਰੇਜ਼ਾਂ ਦੇ ਖਿਲਾਫ ਲਾਲਾ ਲਾਜਪਤ ਰਾਏ ਨੇ ਝੰਡਾ ਲਹਿਰਾਇਆ ਸੀ ਏਟਕ ਦਾ ਮਜ਼ਦੂਰਾਂ ਦੇ ਹੱਕ ਵਾਸਤੇ ਔਰ ਅੰਗਰੇਜ਼ਾਂ ਨੂੰ ਕੱਢਣ ਦੇ ਵਾਸਤੇ, ਦੇਸ਼ ਦੀ ਆਜ਼ਾਦੀ ਦੇ ਵਾਸਤੇ, ਅੱਜ ਜਿਹੜਾ 100 ਸਾਲਾਂ 'ਚ ਉੱਠਾ ਜਿਹੜਾ ਇਹ ਵੱਜ ਗਿਆ, ਉਹ ਲੋਕ ਜਿਹੜੇ ਦੇਸ਼ ਦੀ ਗੁਲਾਮੀ ਦਾ ਪਹਿਰਾ ਰੱਖਦਾ ਚਾਹੁੰਦੇ ਸੀ, ਗੁਲਾਮ ਰੱਖਣਾ ਚਾਹੁੰਦੇ ਸੀ, ਅੰਗਰੇਜ਼ਾਂ ਦੇ ਟਾਊਟ ਸੀ ਔਰ ਫਿਰਕਾ ਪ੍ਰਸਤੀ ਦੀ ਜ਼ਹਿਰ ਘੋਲ ਰਹੇ ਸੀ, ਉਹ ਅੱਜ ਦੇਸ਼ ਦੇ ਉੱਤੇ ਰਾਸ਼ਟਰ ਦੇ ਕਾਬਜ਼ ਹੈ। ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜਾ 1947 ਤੋਂ ਬਾਅਦ ਜਿਹੜਾ ਮੁੜ ਕੇ ਫਿਰ ਪਹਿਲੀ ਵਾਰੀ ਉੱਠਾ ਚੱਕਰ ਚੱਲ ਪਿਆ ਔਰ ਉਹ ਲੋਕ ਜਿਹੜੇ ਦੇਸ਼ ਦੇ ਗੁਦਾਰ ਸੀ ਦੇਸ਼ ਦੀ ਸੱਤਾ 'ਤੇ ਕਾਬਜ਼ ਆ ਗਏ ਹੈ। ਔਰ ਹੁਣ ਪਹਿਲਾਂ ਅੰਗਰੇਜ਼ਾਂ ਦੇ ਖਿਲਾਫ ਲੜ ਰਹੇ ਸੀ, ਅੰਗਰੇਜ਼ਾਂ ਦਾ ਰਾਜ ਸੀ, ਹੁਣ ਅਦਾਨੀ ਅਤੇ ਅੰਬਾਨੀ ਕਾਰਪੋਰੇਟ ਸੈਕਟਰ ਜਿਹੜੇ ਸਾਡੇ ਦੇਸ਼ ਦੇ ਉਹਨਾਂ ਦਾ ਰਾਜ ਦਾ ਉਹਨਾਂ ਦੀ ਪੱਕੀ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ। ਮਜ਼ਦੂਰਾਂ ਅਤੇ ਕਿਸਾਨਾਂ 'ਤੇ ਬਹੁਤ ਵੱਡਾ ਹਮਲਾ, ਸਾਡੇ 44 ਜਿਹੜੇ ਕਾਨੂੰਨ ਸੀ ਕੁਰਬਾਨੀਆਂ ਕਰਕੇ ਬਣਾਏ 4 ਬਣਾ ਦਿੱਤੇ ਗਏ, ਸਾਡੇ ਸਾਰੇ ਹੱਕ ਖੋਏ ਜਾ ਰਹੇ ਹੈ, ਸਾਡਾ ਟ੍ਰੇਨ ਨੂੰ ਬਣਾਉਣ ਦਾ ਹੱਕ, ਸਾਡਾ ਵੋਟਸ ਦਾ ਸਵਾਲ, ਸਾਡਾ ਪੈਨਸ਼ਨਾਂ ਦਾ ਸਵਾਲ, ਸਾਡਾ ਸੋਸ਼ਲ ਸਿਕਿਉਰਿਟੀ ਦਾ ਸਵਾਲ,
सारे हक खोए जा रहे। इस तरह किसानों के उत्ते ये नाल ही किसानों से हमला कर दिया गया। उन्होंने 86% जोड़े किसान लोग है जो 5 एकड़ तो थले है उन्होंने जमीन खोन का जो प्रोग्राम अदानी वालू देने का प्रोग्राम बना दिता गया, पार्लीमेंट कानून बना दिए गए। ये साड़ी साझी लड़ाई बन गई है और साथ मुड़ के फिर नवे किस्म की आज़ाद होने वास्ते असी कारपोरेट सैक्टर की गुलामी तोड़न के वास्ते ये साड़ी सैकंड लड़ाई है जो सारे हिंदुस्तान चली जा रही है और पंजाब को माण है, पंजाब इसकी अगवाई कर रहा। असी मजदूर तो किसान साझे तौर उत्ते लड़ रहे हैं और असी अवश तौर उत्ते लड़ाई में सारे